ਮੈਂ ਸਰਵਣ ਸਿੰਘ ਪਨੇਰ ਹਰਿਆਣੇ ਦੇ ਬਾਰਡਰਾਂ ਤੋਂ ਸ਼ੰਭੂ ਬਾਰਡਰ ਤੋਂ ਬੋਲਦਾ ਜੀ। ਅੱਜ ਸ਼ਹੀਦ ਸ਼ੁਭਕਰਨ ਜੀ ਦੇ ਪਿੰਡ ਬੱਲੋ ਵਿੱਚੋਂ ਦੋਵੇਂ ਫੋਰਮਾਂ ਦੀ ਵੱਡੀ ਲੀਡਰਸ਼ਿਪ ਲਗਭਗ 10 ਵਜੇ ਉਹਨਾਂ ਦੇ ਪਿੰਡ ਪਹੁੰਚੂਗੀ। ਉੱਥੋਂ ਅਰਥੀ ਕਲਸ਼ ਜਿਹੜੇ ਲੈ ਕੇ 21 ਦੋਵਾਂ ਬਾਰਡਰਾਂ ਨੂੰ ਸ਼ਾਮਾਂ ਤੱਕ ਇਹ ਚੀਜ਼ਾਂ ਲੈ ਕੇ ਆਵਾਂਗੇ, ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਹਾਂ। ਉਸ ਤੋਂ ਬਾਅਦ 15 ਨੂੰ 11 ਤੋਂ 12 ਵਜੇ ਇਹਨਾਂ ਬਾਰਡਰਾਂ ਤੋਂ ਜਿਹੜੀ ਇਹ ਯਾਤਰਾ ਵਾ ਇਹ ਸ਼ੁਰੂ ਹੋਊਗੀ। ਇਸ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਕੱਲ ਅਤੇ ਅੱਜ ਬੱਲੋ ਪਿੰਡ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ। ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਹੋਣਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਬਾਰਡਰਾਂ ਤੇ ਮਨਾਇਆ ਜਾਊਗਾ। ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦੇ ਹੈਗੇ ਆ। ਔਰ ਇਹਦੇ ਨਾਲ ਨਾਲ ਜਿਹੜੀਆਂ ਗੈਸਾਂ ਇੱਥੇ ਮਾਰੀਆਂ ਗਈਆਂ ਦੋਵਾਂ ਬਾਰਡਰਾਂ ਦੇ ਉੱਤੇ ਉਸ ਦੇ ਬੁਰੇ ਪ੍ਰਭਾਵ ਜਿਹੜੇ ਆ ਬਜ਼ੁਰਗਾਂ ਤੇ ਖਾਸ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਪੈ ਰਹੇ ਹੈਗੇ ਆ। ਪੰਜਾਬ ਸਰਕਾਰ ਕਿਉਂ ਧਿਆਨ ਦੇਊਗੀ? ਉਹ ਕਿਉਂ ਡਾਕਟਰਾਂ ਦੀ ਟੀਮ ਭਾਲੂਗੀ? ਸਿਰਫ ਅਨਾਊਂਸਮੈਂਟਾਂ ਹੀ ਕਰਨਗੇ ਉੱਥੇ ਚੰਡੀਗੜ੍ਹੋਂ ਬਾਈ, ਵੀ ਉਹ ਇਹਦੀ ਸਕਰੀਨਿੰਗ ਕਰਨ, ਵੀ ਜਿਹੜੀਆਂ ਗੈਸਾਂ ਦੇ ਬੁਰੇ ਪ੍ਰਭਾਵ ਪੈ ਰਹੇ ਨੇ ਲੋਕਾਂ ਦਾ ਕੀ ਅਸਰ ਆ, ਔਰ ਜਿਨ੍ਹਾਂ ਕਾਰਨਾਂ ਕਰਕੇ ਕਾਜ਼ ਆਫ ਡੈਥ ਜਿਹੜੀ ਹੋ ਰਹੀ ਆ ਉਹਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਬਾਈ। ਇਸ ਕਰਕੇ ਸੋ ਇਹ ਸਾਰਾ ਕੁਛ ਸਾਹਮਣੇ ਆ ਰਿਹਾ ਹੈਗਾ। ਐਤਕੀ ਮੋਦੀ ਸਰਕਾਰ ਪੂਰਾ ਜ਼ੋਰ ਲਾ ਰਹੀ ਹੈਗੀ ਆ ਵੀ ਇਲੈਕਸ਼ਨ ਕਿਵੇਂ ਜਿੱਤਣੇ ਹੈਗੇ ਨੇ। ਪ੍ਰਧਾਨ ਮੰਤਰੀ ਜੀ ਕੱਲ੍ਹ ਰੇਹੜੀ ਫੜੀ ਵਾਲਿਆਂ ਨੂੰ ਕਰਜ਼ਾ ਵੰਡਦੇ ਸੀ, 1 ਲੱਖ ਰੇਹੜੀ ਫੜੀ ਵਾਲਿਆਂ ਨੂੰ ਕਰਜ਼ਾ ਵੰਡ ਕੇ ਆਉਂਦੇ ਵੀ ਇਹ ਨਵਾਂ ਵਿਕਾਸ ਦਾ ਮਾਡਲ ਆ ਗਿਆ। ਜਦੋਂ ਦੀ ਭਾਜਪਾ ਸਰਕਾਰ ਆਈ ਆ ਪਹਿਲੋਂ 64 ਤੋਂ 65 ਲੱਖ ਕਰੋੜ ਰੁਪਈਆ ਦੇਸ਼ ਦੇ ਸਿਰ ਕਰਜ਼ਾ ਸੀ, ਹੁਣ ਜਦੋਂ 10 ਸਾਲਾਂ ਵਿੱਚ 2.25 ਲੱਖ ਕਰੋੜ ਰੁਪਈਆ ਕਰਜ਼ਾ ਬਾਈ ਇਹਨਾਂ ਨੇ ਚੱਕ ਲਿਆ, ਕੱਲਾ ਪੰਜਾਬ 'ਚ ਨਹੀਂ ਕਰਜ਼ਾ ਹੈਗਾ, ਤਾਂ ਬਈ ਇਹ ਵਿਕਾਸ ਦੱਸ ਰਹੇ ਆ। ਸਭ ਤੋਂ ਵੱਧ ਬੇਰੁਜ਼ਗਾਰੀ ਸਾਡੇ ਮੁਲਕ ਵਿੱਚ ਹੈਗੀ ਆ। ਐਤਕੀ ਦੇਸ਼ ਦਾ ਕਿਸਾਨ ਮਜ਼ਦੂਰ ਸਿਆਣਾ ਹੋਜੂ, ਸੋਚੂਗਾ ਵੀ ਕਿੰਨਾ ਨੇ ਸਾਨੂੰ 23 ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦੇਣਾ। ਸੋਚਣਗੇ ਕਿਸਾਨ ਕਿਹੜੇ C250 ਦੇ ਅਨੁਸਾਰ ਫਸਲਾਂ ਦੇ ਭਾਅ ਦੇਣਗੇ, ਕਿਹੜੇ ਬਾਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ ਮੁਕਤ ਕਰਨਗੇ। ਇਸ ਗੱਲ ਤੇ ਮੋਦੀ ਸਰਕਾਰ ਕੋਲ ਜਵਾਬ ਤਲਬੀ ਹੋਊ। ਲਖੀਮਪੁਰ ਖੀਰੀ ਦਾ ਖਨੌਰੀ ਕਾਂਡ ਦਾ ਕਿਹੜਾ ਇਨਸਾਫ ਦਊਗਾ ਸਾਨੂੰ? ਸੋ ਇਸ ਕਰਕੇ ਅੱਜ ਪ੍ਰੈਸ ਨੂੰ ਵੀ ਬੇਨਤੀ ਆ ਵੀ ਪਿੰਡ ਬੱਲੋ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ 10 ਵਜੇ ਪਹੁੰਚੋ। ਉੱਥੋਂ ਅਰਥੀ ਕਲਸ਼ ਯਾਤਰਾ ਆਪਾਂ ਸ਼ੁਰੂ ਕਰਾਂਗੇ, ਸ਼ਾਮ ਨੂੰ ਇਹਨਾਂ ਬਾਰਡਰਾਂ ਤੇ ਪਹੁੰਚਾਂਗੇ ਤੇ ਕੱਲ ਇੱਥੋਂ 11 ਤੋਂ 12 ਵਜੇ ਜਿਹੜੀ ਅਰਥੀ ਕਲਸ਼ ਯਾਤਰਾ ਵਾ ਸ਼ੁਰੂ ਕਰਕੇ ਹਰਿਆਣੇ ਵੱਲ ਨੂੰ ਰਵਾਨਾ ਕੀਤੀ ਜਾਊਗੀ। ਤੋ ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।